ਫਰੀਦਕੋਟ ਦੇ ਗੁਰੂ ਤੇਗ ਬਹਾਦਰ ਨਗਰ ਦੇ ਵਿੱਚ ਨਿੱਜੀ ਰੰਜਿਸ਼ ਕਾਰਨ ਦੇਰ ਰਾਤ ਇੱਕ ਘਰ ਤੇ ਗੋਲੀਬਾਰੀ ਕੀਤੀ ਗਈ। ਦੱਸਿਆ ਜਾ ਰਿਹਾ ਕਿ ਪਹਿਲਾਂ ਰਵੀ ਨਾਮ ਦਾ ਲੜਕਾ ਇਸ ਮਕਾਨ ਦੇ ਵਿੱਚ ਕਿਰਾਏ ਤੇ ਰਹਿੰਦਾ ਸੀ ਤੇ ਉਸ ਦੀ ਮਕਾਨ ਮਾਲਕ ਦੇ ਨਾਲ ਰੰਜਿਸ਼ ਸੀ, ਜਿਸ ਕਾਰਨ ਉਸ ਨੇ ਰਾਤ ਨੂੰ ਘਰ ਦੇ ਵਿੱਚ ਦਾਖਲ ਹੋ ਕੇ ਮਕਾਨ ਮਾਲਕ ਤੇ ਗੋਲੀ ਚਲਾ ਦਿੱਤੀ ਅਤੇ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਉਸ ਦੇ ਘਰ ਦੇ ਵਿੱਚ ਵੀ ਗੋਲੀ ਚਲਾ ਦਿੱਤੀ। ਇਸ ਘਟਨਾ ਦੇ ਨਾਲ ਪੀੜਤਾ ਦੀ ਜਾਨ ਬਚ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ ਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। मामला ही कोई रंजिश नहीं, ये पुराना अपने अपने किराए ते रहिंदा रहा ही है। इहदा नाम रवि है जी, अपने किराए ते रहिंदा रहा है। किराए ते 3-4 साल रहा। किराए ते रहने तो बाद असीं इत्थों वी इहने भरा ने छोटे ने चोरी चारी कीते। एक दिन मेरे महल्ले वाले मैनूं कहिंदे वी ऐ करके ना वी जाता इहनूं कढ देंगे ते तेरे ते पए। असीं इहनूं तोड़ता इत्थों, इह रहिण लग पिआ बचाकी रोड ते, नाल घर लै लिआ आपदा, उत्थे रहिण लग पई। उदू बाद ना मेरे छोटे भाई ना तू तू मैं पुरानी होंगी रही। मैं इन्हें मैं फोन किया कि मैंने कहता बी बह के गल करनी आ। मैं कोई ना बह उदू बाद सरपंच जी इलेक्शन चल पे, मैं इलेक्शन से सी ते असी अज कल कल बहना सी मतलब कि एतवार बहना सी। बहन खातर बी इन ना ये कल आके आ वाका करके सानू पता नहीं सी। मैं रात मेरा मित्र बीमार सी, मैं उत्थे पता लैन गया सी। बाद चो मैनू घरों फोन आया बी आ करके गल बी अपने तेरे भरा दे छोटे दे रवि फायरिंग करके आके करे। ते जो मैं इत्थे आया उदों गलिया सारे कट्ठे हो गए सी जी। ते ये भज गया सी फायरिंग करके जी। इधर मतलब कि वाड़े वाले पासों आया जी, मोटरसाइकिल ते वाड़े वाले पासों ये भज गया। किन्ने जने सी जी? ये कल्ला सी जी जिहने फायरिंग कीती उह कल्ला ही सी जी। किन्ने राउंड फायर कीते? ਇਹਨੇ ਕਿਤੇ 2-3 ਰਾਉਂਡ ਫਿਰ ਕੀਤੇ ਨੇ। ਨਹੀਂ ਨੁਕਸਾਨ ਨਹੀਂ ਹੋਇਆ, ਪਰ ਭੱਜ ਕੇ ਮੇਰੇ ਭਰਾ ਨੇ ਜਾਨ ਬਚਾਈ। ਮਤਲਬ ਕਿ ਅਦਕ ਮੇਰੇ ਨਾਲ ਹੀ ਗਵਾਂਢ ਆਈ, ਉਹਨਾਂ ਦੇ ਘਰੇ ਵੜ ਗਿਆ। ਉਹਨਾਂ ਦੇ ਘਰੋਂ ਵੀ ਬਾਰੀ ਵੇਚ ਦੀ ਉਹਨੇ ਇੱਕ ਫੈਰ ਮਾਰੀ। ਮੈਂ ਤਾਂ ਇਹਨਾਂ ਦੇ ਮੰਮੀ ਵੀ ਸਨੀ ਦੇ ਮੰਮੀ ਵੀ ਬੈਠੇ ਹੋਏ ਸੀ ਅੰਦਰ। ਮੇਰਾ ਵੀ ਭਰਾ ਪੂਰਾ ਹੋ ਗਿਆ ਸੀ ਤਾਂ ਅਫਸੋਸ ਕਰਨ ਆਏ ਸੀਗੇ ਤਾਂ ਅਸੀਂ ਅੰਦਰ ਹੀ ਬੈਠੇ ਸੀ ਜਦੋਂ ਫਾਇਰਿੰਗ ਚੱਲੀ ਆ। ਫਾਇਰਿੰਗ ਚੱਲੀ ਆ ਨਾ ਤਾਂ ਅਸੀਂ ਵੀ ਸਾਨੂੰ ਲੱਗੇ ਪਟਾਕੇ ਚੱਲੇ ਆ ਤੇ ਪਿੱਛੇ ਪਿੱਛੇ ਨਾ ਜਦੋਂ ਚੱਲੇ ਮੁੰਡਾ ਨਾ ਅੰਦਰ ਭੱਜਿਆ ਅੰਦਰ ਭੱਜਿਆ ਤਾਂ ਜਿਹਦੇ ਪਿੱਛੇ ਆਏ ਸੀ ਜਦੋਂ ਅੰਦਰ ਭੱਜਿਆ ਤਾਂ ਉਹਦੇ ਨਾਲ ਹੀ ਮਤਲਬ ਉਹਨਾਂ ਦੀ ਮੰਮੀ ਨਿਕਲ ਕੇ ਆਏ ਬਾਹਰ ਤਾਂ ਅਸੀਂ ਵੀ ਨਾਲ ਹੀ ਨਿਕਲ ਕੇ ਆ ਤਾਂ ਸਾਡੇ ਘਰ ਵੱਲ ਨੂੰ ਫਾਇਰ ਕੀਤੇ ਸੀ। ਕਿੰਨੇ ਗੋਲੀਆਂ ਤਾਂ ਚਲਾਈਆਂ ਜੀ ਪਤਾ ਲੱਗਾ? ਸਾਨੂੰ ਤਾਂ ਇਹ ਲੱਗਦਾ ਸੀ ਪਟਾਕੇ ਚੱਲੇ, 2-3 ਤਾਂ ਸਾਇਦ ਚੱਲੇ ਹੀ ਸੀਗੇ ਜੀ। ਸ਼ਾਂਤ ਨਹੀਂ ਹੈ ਕੋਈ? ਤਾਂ ਅੰਦਰ ਤਾਂ ਚੱਲੀ ਆ, ਗੋਲੀ ਤਾਂ ਲੱਭੀ ਸੀਗੀ, ਬਾਹਰ ਵੀ ਲੱਭੀ ਸੀ, ਬਾਕੀ ਤਾਂ ਨੁਕਸਾਨ ਨਹੀਂ ਹੋਇਆ ਜੀ। ਨਹੀਂ 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 ਨਹੀਂ, ਨਾਲ ਨਾਲ ਦੇ ਵੀ ਮੁੰਡਾ ਸੀ, ਉਹਨਾਂ ਦੇ ਘਰ ਦਾ ਨਾਲ ਦੇ ਸੀ, ਉਹ ਵੀ ਛੋਟਾ ਜਵਾਕ ਹੀ ਆ, ਉਹ ਤਾਂ ਕੋਲੇ ਖੜਿਆ ਸੀ ਵਿਚਾਰਾ।